अस्सलामुअलैकुम दोस्तों, तुसीं वेख रहे जे राय एनिमल टीवी ते मैं तुहाडा दोस्त राय साकब अली। अज भरावां दी खिदमत दे विच एक प्योर नीली दी झोटी लैके हाजिर होए आ। मेरे भरावां ने खुद जिहड़ी परख करनी है बिल्कुल कच्ची जी हफ्ता लै जाएगी। हाँ जी 15 दिन लै जाएगी। माशाला बिल्कुल छोटा छोटा सिंग है, खूबसूरती लाम हर चीज़ विच कैमरे दे वाजिया ते अखा वाइट, बिल्कुल छोटा छोटा सिंग है जी। बड़ी लाम शाम झोटी दी शौक वाली झोटी जी। साड़ी मेहनत यही है, साडे चैनल नूं सबसक्राइब करो, नाल लगी बैल दी घंटी नूं दबाओ ताकि तुहाडे तिकर इह जे जानवरां दी वीडियो पहुँच सके। ते बाकी सदा बादशाही उस मालक दी है ते भरावां नाल ही बंदा वड्डा हुंदा है जी। इंशाल्लाह ताला जिहड़े किसे मेरे भरा दे पसंद आवे, साडा राबता नंबर 0300 45 76 252 यही वट्सअप नंबर जे, यही लोकल नंबर जे। साड़ी लोकेशन हैगी जनाब पाक पतन बूंगा यात, बिल्कुल जी दीपालपुर ते बूंगा पाक पतन दे सेंटर च आंदा है। प्योर नीली दे इलाके हेड सुलेमान की 18 किलोमीटर। हाँ जी ते बढ़िया चंगी मई दे विचों कच्ची है राय साहब। अच्छा चंगी मज्जां दे विचों। हाँ जी माशाल्लाह जी मज्जां दी दी है। हाँ जी ਭਾਈ ਸ਼ਬਾਦ ਕਹਿ ਰਿਹਾ ਕਿ ਜਿਹੜੀਆਂ ਚੰਗੀਆਂ ਮੱਝਾਂ ਨੇ ਨਾ ਉਹਨਾਂ ਦੇ ਵਿੱਚੋਂ ਟਿਸ਼ੂ ਪੇਪਰ ਰੰਗੀ ਨਹੀਂ ਹੈ ਤਾਂ ਗੱਲ ਕਰਨ ਨੂੰ ਤਾਂ ਨਜ਼ਰ ਆ ਰਹੀ ਹੈ। ਆ ਰਹੀ ਬਿਲਕੁਲ ਜੀ ਇਨਸ਼ਾਅੱਲਾ ਤਾਲਾ ਹਰ ਚੀਜ਼ ਵਿੱਚ ਬਾਦ ਆ ਚੱਡਾ ਬਾਹਰ ਕੱਢੇ ਕਿਉਂ ਅੱਗੇ ਰੱਖੇ ਜੀ। ਹਾਂ ਜੀ ਨਹੀਂ ਨਹੀਂ ਮਾਸ਼ਾਅੱਲਾ ਬਿਲਕੁਲ ਜੀ ਬੰਦੇ ਕਹਿੰਦੇ ਨਾ ਫੋਟੋ ਫੋਟੋ ਇਹ ਦੋ ਦੋ ਫੋਟੋ ਦੀ ਵੀਰ ਲੈ ਚੈੱਕ ਕਰ ਲਓ। ਹਾਂ ਜੀ ਇਹਦੇ ਕੋਈ ਕੈਮਰਾ ਕੋ ਜ਼ੂਮ ਤਾਂ ਨਹੀਂ ਹੋਇਆ ਖਲਾ। ਹਾਂ ਜੀ ਜੀ ਬਿਲਕੁਲ ਬਰੀਕ ਪੂਛਲ ਹੈ ਜੀ। ਹਰ ਚੀਜ਼ ਵਿੱਚ ਸੋਹਣਾ ਮਾਸ਼ਾਅੱਲਾ ਥਾਣੇ ਮੋਟਾ ਥਣ ਵਿਰਲਾ ਸੋਹਣੀਆਂ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਨੇ ਜੀ। ਸ਼ੌਕ ਵਾਲੀ ਕੱਟੀ ਹੈ ਤੂੰ ਬੰਦਾ ਕੋ ਹੋਵੇ ਨਾ ਸਾਹਮਣੇ ਵਾਲਾ ਕੋ ਬੰਦਾ ਹੋਵੇ ਜਿਹਨੂੰ ਪਤਾ ਹੈ ਜਾਨਵਰਾਂ ਦਾ ਨਸਲ ਦਾ। ਠੀਕ ਹੈ ਕੋੜੀ ਦੁਨੀ ਨੂੰ ਸਾਫ ਚੈੱਕ ਕਰਾਉਣਾ ਕੋਈ ਸੁੱਕੀ ਹੈ ਕੋੜੀ ਦੁਨੀ ਸਾਫ ਜੇ ਕੋ ਬੰਦਾ ਹੋਵੇ ਸਾਹਮਣੇ ਵਾਲਾ ਉਥਲੇ ਸੇ ਜੋਟੀ 4 ਲੱਖ ਰੁਪਏ ਦੀ ਬਣੇਗੀ। ਚਲੋ ਜੀ ਅੱਲਾ ਪਾਕ ਖੈਰ ਕਰੇ ਜਿਹੜਾ ਲਵੇਗਾ ਅੱਲਾ ਉਹਦੇ ਨਸੀਬਾਂ 'ਚ ਕਰੇ। ਤੇ ਰਾਏ ਸਾਹਿਬ ਕੀ ਡਿਮਾਂਡ ਸ਼ਮਾਂਡ ਕਰਦੇ ਜੀ ਬੋਲੋ। ਨਹੀਂ ਲਾ ਰਾਏ ਸਾਹਿਬ ਦੁੱਧ ਦੇ ਵਿੱਚ ਨਹੀਂ ਡੁੱਬਣਾ ਹੁੰਦਾ ਨਾ ਕੋਈ ਚੀਜ਼ ਵੀ ਬੰਦਾ ਫੇਰ ਕਿਹੜੀ ਚੀਜ਼ ਸੋਹਣੀ ਹੋਵੇ। ਚੰਗਾ ਮਾਸ਼ਾਅੱਲਾ ਚੌੜਾ ਚੱਡਾ ਹੈ ਜੀ। ਆਪਾਂ ਜਿਆਦਾ ਹੀ ਕਰਾਂਗੇ। ਹਾਂਜੀ ਬੋਲੋ ਵਾਜ਼ ਦਿਓ ਵਾਜ਼ ਦਿਓ। ਡਿਮਾਂਡ ਇੰਦੀ ਤਰ੍ਹਾਂ ਨੂੰ ਜਿੰਨਾ ਮਰਜ਼ੀ ਬਾਹਰ 3 ਮੰਗ ਲਓ ਤਾਂ ਫਾਇਦਾ ਨਹੀਂ। ਅੱਛਾ ਠੀਕ ਹੈ 2-17 ਦੀ ਦੇਵਾਂਗੇ। 2,70,000 ਦੀ ਫਾਇਦਾ ਇੱਕ ਗੱਲ ਹੀ ਘਟ ਨਹੀਂ ਕਰਦੇ। ਅੱਛਾ ਮੁੱਲ ਮੰਗਣ ਨੂੰ ਭਾਵੇਂ ਮੁੱਲ ਤੇ ਜੋਟੀ 3 ਲੱਖ ਰੁਪਏ। ਅੱਛਾ ਬਕਾਇਆ ਮੇਰੇ ਭਰਾਵਾਂ ਨੇ ਵੱਡੇ ਬਟਨ ਦੋ ਥੱਲੇ ਸੂ ਦੇ ਰੁਕ ਰੁਕ ਤਾਂ ਥਾਣੇ ਵੈਸੇ ਅਸੀਲ ਸ਼ਰੀਫ ਹੈ। ਵੇਖੋ ਨਾ ਕੋਈ ਮਸਲਾ ਮਾਸ਼ਾਅੱਲਾ ਜੀ ਪਹਿਲਣ ਹੋ ਕੇ ਬੜੀ ਅਸੀਲ ਸ਼ਰੀਫ ਹੈ ਜਿਹੜੇ ਮੇਰੇ ਭਰਾ ਦੇ ਪਸੰਦ ਆਵੇ। ਭਾਈ ਸ਼ਬਾਦ ਕਹਿੰਦਾ ਡਿਮਾਂਡ ਕਰਨ ਨੂੰ ਭਾਵੇਂ 3 ਲੱਖ ਕੀਤੀ ਜਾਈਏ 2,70,000 ਦੇ ਵਿੱਚ ਦੇਣ। ਜਾਤ ਵਾਸੀ ਤੇ ਜਿਹੜੇ ਸਾਡੇ ਭਰਾ ਬਾਹਰ ਬੈਠ ਸ਼ੌਂਕ ਨਾਲ ਦੇਖਦੇ ਨਾ ਆਪਣੇ ਚੈਨਲ ਲੋ ਠੀਕ ਹੈ ਨਾ, ਇਹ ਉਹਨਾਂ ਵਾਸਤੇ ਗਿਫਟ ਹੈਗਾ। ਗਿਫਟ ਹੈ ਦੁੱਧ ਦੁੱਧ ਦੀ ਕੋਈ ਇਹਦੇ ਨਾਲ ਗੱਲ ਨਹੀਂ। ਇਹ ਜਿਵੇਂ ਜਰਸੀ ਗਾਂ ਨਹੀਂ ਬਣਾਉਂਦੀ ਛੱਡੇ, ਇਹਦੀ ਮਾਂ ਦਾ ਉਹਵੇਂ ਛੱਡਾ ਸੀ। ਅੱਛਾ ਅੱਛਾ ਦੁੱਧ ਪੁੱਤਰ ਆਉਂਦਾ ਨਸੀਬਾਂ ਦਾ। ਹਾਂਜੀ ਐਵੇਂ ਮੈਂ 48 ਕਿਲੋ ਦੇਵੇਗੀ 26 ਕਿਲੋ ਦੇਵੇਗੀ। ਹਾਂਜੀ ਹਾਂਜੀ ਥੱਲੇ ਲੰਮਾ ਪਿਆ ਤੇ ਨਹੀਂ ਕੈਮਰਾ ਵਿਖਾਣਾ ਆਪਾਂ। ਨਹੀਂ ਨਹੀਂ ਮਾਸ਼ਾਅੱਲਾ ਵੱਡਾ ਨਹੀਂ ਕਰਨਾ, ਜੈਨਮੈਨ ਹੈ ਜਿਹੜੇ ਭਰਾ ਵੇਖਣਗੇ ਕੈਮਰੇ ਵਿੱਚ ਜੈਨਮੈਨ ਹੈਗਾ। ਹਾਂਜੀ ਚਲੋ ਜੀ ਸਾਹਿਬ ਗਿਫਟ ਕਰਦੇ ਅੱਗੇ ਆਪਾਂ ਗਿਫਟ ਦਿੱਤਾ ਇੱਕ ਬਾਈ ਨੂੰ ਪੈਨਲ ਕੱਟੀ ਦਿੱਤੀ ਸੀ ਨਾ। ਬਿਲਕੁਲ ਬਿਲਕੁਲ ਯਾਦ ਕਰਦਾ ਉਹੀ ਸਟੈਂਡ ਹੈ ਵੀਡੀਓ ਲਾਉਂਦੇ ਵੇਖ ਗਏ ਸੀ। ਚਲੋ ਜੀ ਇਹ ਤਾਂ ਨਸੀਬਾਂ ਦੀ ਗੱਲ ਹੈ ਇਨਸ਼ਾਅੱਲਾ ਤਾਲਾ। ਜਿਹੜੇ ਕਿਸੇ ਮੇਰੇ ਭਰਾ ਦੇ ਮੂੰਹੋਂ ਕਿਵੇਂ ਭਾਈ ਚੌਕੀ ਮੂੰਹ ਪਰ ਤੇ ਚੈੱਕ ਕਰਾਈਏ। ਨਹੀਂ ਨਹੀਂ ਕੋਈ ਨਹੀਂ ਤੁਸੀਂ ਕਹਿ ਦਿੱਤਾ ਬਸ ਠੀਕ ਹੋ ਗਿਆ। ਮੂੰਹੋਂ ਚੌਕੀ ਜੀ ਇਸ ਨਾਲ ਹੀ ਸਾਨੂੰ ਵੀ ਇਜਾਜ਼ਤ ਦਿਓ ਇਨਸ਼ਾਅੱਲਾ ਤਾਲਾ ਭਰਾਵਾਂ ਲਈ ਮਿਹਨਤ ਕੋਸ਼ਿਸ਼ ਕਰਦੇ ਰਹਾਂਗੇ। ਜਿਹੜੇ ਮੇਰੇ ਭਰਾ ਦੇ ਪਸੰਦ ਆਵੇ ਸਾਡੇ ਨਾਲ ਅਟੈਚ ਹੋ ਕੇ ਖਰੀਦਦਾਰੀ ਕਰ ਸਕਦੇ ਜੀ। ਅੱਲਾ ਹਾਫਿਜ਼ ਜੀ।